दूरसंचार रेगुलेटरी अथॉरिटी ट्राई ने कॉमी प्रसारण नीति 2024 ਲਈ ਲੋਕਾਂ ਦਾ ਸੁਝਾਅ ਮੰਗਣ ਦੇ ਮੰਤਵ ਨਾਲ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਸੰਚਾਰ ਮੰਤਰਾਲਾ ਨੇ ਕਿਹਾ ਕਿ ਪ੍ਰਸਾਰਣ ਇੱਕ ਵਰਦਾ ਹੋਇਆ ਖੇਤਰ ਹੈ ਜਿਸ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ ਯੋਗਦਾਨ ਦੇਣ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਨੇ ਐਡਵਾਈਜ਼ਰੀ ਵਿੱਚ ਭਾਰਤ ਨੂੰ ਵਿਸ਼ਵ ਪੱਧਰੀ ਕੰਟੈਂਟ ਹੱਬ ਬਣਾਉਣ ਦੇ ਉਦੇਸ਼ ਨਾਲ ਪ੍ਰਸਾਰਣ ਖੇਤਰ ਦੇ ਮੌਜੂਦਾ ਮੁੱਦਿਆਂ ਤੇ ਵੀ ਰੌਸ਼ਨੀ ਪਾਈ ਗਈ ਹੈ ਐਡਵਾਈਜ਼ਰੀ ਵਿੱਚ ਜਨਤਕ ਪ੍ਰਸਾਰਣ ਸੇਵਾ ਨੂੰ ਬਿਹਤਰ ਬਣਾਉਣ ਮੀਡੀਆ ਤੇ ਮਨੋਰੰਜਨ ਖੇਤਰ ਦੇ ਵੱਖ-ਵੱਖ ਹਿੱਸਿਆਂ ਦੇ ਮੁੱਦਿਆਂ ਪਾਇਰੇਸੀ ਨਾਲ ਨਜਿੱਠਣ ਅਤੇ ਕੰਟੈਂਟ ਸਮੱਗਰੀ ਦੀ ਸੁਰੱਖਿਆ ਤੇ ਵੀ ਵਿਚਾਰ ਪੇਸ਼ ਕੀਤੇ ਗਏ ਲੋਕ ਇਸ ਮੁੱਦੇ ਤੇ ਆਪਣੇ ਸੁਝਾਅ 30 ਅਪ੍ਰੈਲ ਤੱਕ ਭੇਜ ਸਕਦੇ ਨੇ